स्टार्ट। एक बार फिर पंजाब दे राजपाल बनवारी लाल पुरोहित सरहदी जिलों दे दौरे उत्ते हन डंडी। इस तों पहला ओ कई बार अजिहा कर चुके हन डंडी, चाहे उन्हां दे नाल वड्डे अफसर तां जांदे रहे हन, पर ਇਹ ਪ੍ਰਭਾਵ ਵੀ ਮਿਲਦਾ ਰਿਹਾ ਹੈ ਕਿ ਪ੍ਰਸ਼ਾਸਨ ਵੱਲੋਂ ਉਹਨਾਂ ਦੀ ਅਜਿਹੀ ਸਰਗਰਮੀ ਨੂੰ ਬਹੁਤਾ ਹੁੰਗਾਰਾ ਨਹੀਂ ਦਿੱਤਾ ਜਾਂਦਾ ਰਿਹਾ ਡੰਡੀ। ਇੱਥੋਂ ਤੱਕ ਕਿ ਸਰਕਾਰ ਚਲਾ ਰਹੀ ਪਾਰਟੀ ਦੇ ਸਥਾਨਕ ਪ੍ਰਤੀਨਿਧਾਂ ਨੇ ਉਹਨਾਂ ਦੇ ਇਹਨਾਂ ਦੌਰਿਆਂ ਵਿੱਚ ਦਿਲਚਸਪੀ ਨਹੀਂ ਦਿਖਾਈ ਅਤੇ ਬਹੁਤੀ ਵਾਰ ਉਹ ਆਪ ਵੀ ਇਹਨਾਂ ਵਿੱਚ ਸ਼ਮੂਲੀਅਤ ਕਰਨ ਦੀ ਥਾਂ ਗੈਰ ਹਾਜ਼ਰ ਹੁੰਦੇ ਰਹੇ ਹਨ ਡੰਡੀ। ਮੁੱਖ ਮੰਤਰੀ ਵੀ ਸਮੇਂ ਸਮੇਂ ਉਹਨਾਂ ਦੇ ਇਹਨਾਂ ਦੌਰਿਆਂ ਉੱਤੇ ਤੰਜ ਕੱਸਦੇ ਰਹੇ ਹਨ ਡੰਡੀ। ਇੱਥੋਂ ਤੱਕ ਕਿ ਉਹਨਾਂ ਨੇ ਰਾਜਪਾਲ ਵੱਲੋਂ ਸਰਕਾਰੀ ਹੈਲੀਕਾਪਟਰ ਵਰਤਣ ਬਾਰੇ ਵੀ ਉਂਗਲ ਉਠਾਈ, ਜਿਸ ਤੋਂ ਬਾਅਦ ਰਾਜਪਾਲ ਵੱਲੋਂ ਅੱਗੇ ਤੋਂ ਇਸ ਹੈਲੀਕਾਪਟਰ ਦੀ ਵਰਤੋਂ ਨਾ ਕਰਨ ਬਾਰੇ ਬਿਆਨ ਦਿੱਤਾ ਗਿਆ ਡੰਡੀ। ਉਸ ਪਿੱਛੋਂ ਉਹਨਾਂ ਸੂਬੇ ਵਿੱਚ ਸੜਕ ਰਾਹੀਂ ਸਫ਼ਰ ਕਰਨ ਨੂੰ ਹੀ ਬਿਹਤਰ ਜਾਣਿਆ ਡੰਡੀ। ਰਾਜਪਾਲ ਵੱਲੋਂ ਸੂਬੇ ਨਾਲ ਸੰਬੰਧਿਤ ਕੁਝ ਅਜਿਹੇ ਭਖਦੇ ਮਸਲਿਆਂ ਬਾਰੇ ਹੀ ਗੱਲ ਕੀਤੀ ਜਾਂਦੀ ਰਹੀ, ਜਿਨ੍ਹਾਂ ਨੇ ਇੱਕ ਤਰ੍ਹਾਂ ਨਾਲ ਪੰਜਾਬ ਨੂੰ ਗ੍ਰਹਿਣ ਲਗਾ ਦਿੱਤਾ ਹੈ ਡੰਡੀ। ਇਹਨਾਂ ਵਿੱਚ ਅਮਨ ਕਾਨੂੰਨ ਦੀ ਵਿਗੜਦੀ ਸਥਿਤੀ ਅਤੇ ਨਸ਼ਿਆਂ ਦਾ ਵੱਧ ਰਿਹਾ ਰੁਝਾਨ ਸ਼ਾਮਲ ਹੈ ਡੰਡੀ। ਇਸ ਬਾਰੇ ਆਮ ਹੀ ਖਬਰਾਂ ਆਉਂਦੀਆਂ ਰਹਿੰਦੀਆਂ ਹਨ ਕਿ ਵੱਖ ਵੱਖ ਤਰ੍ਹਾਂ ਦੇ ਨਸ਼ਿਆਂ ਸਟਾਰਟ ਦੀਆਂ ਵੱਡੀਆਂ ਖੇਪਾਂ ਸਰਹੱਦ ਰਾਹੀਂ ਇੱਥੇ ਭੇਜੀਆਂ ਜਾਂਦੀਆਂ ਹਨ ਡੰਡੀ। ਪਿਛਲੇ ਕਾਫੀ ਸਮੇਂ ਤੋਂ ਤਾਂ ਇਹਨਾਂ ਨਸ਼ਾ ਤਸਕਰਾਂ ਵੱਲੋਂ ਡਰੋਨਾਂ ਦੀ ਵੀ ਵਰਤੋਂ ਕੀਤੀ ਜਾਣ ਲੱਗੀ ਹੈ, ਜਿਨ੍ਹਾਂ ਨੂੰ ਸੁਰੱਖਿਆ ਬਲਾਂ ਵੱਲੋਂ ਵੱਡੀ ਮਾਤਰਾ ਵਿੱਚ ਫੜਿਆ ਵੀ ਜਾਂਦਾ ਰਿਹਾ ਹੈ। ਪਰ ਹੁਣ ਜਿਸ ਹੱਦ ਤੱਕ ਸੂਬੇ ਵਿੱਚ ਨਸ਼ਿਆਂ ਦਾ ਰੁਝਾਨ ਵੱਧ ਗਿਆ ਹੈ, ਉਸ ਨੂੰ ਵੇਖਦਿਆਂ ਸਮਾਜ ਵਿੱਚ ਵੱਡੀ ਪੱਧਰ ਉੱਤੇ ਚਿੰਤਾ ਦਾ ਪੈਦਾ ਹੋਣਾ ਕੁਦਰਤੀ ਹੈ ਡੰਡੀ। ਪਹਿਲੀਆਂ ਸਰਕਾਰਾਂ ਅਤੇ ਮੌਜੂਦਾ ਸਰਕਾਰ ਨੇ ਵੀ ਇਸ ਵੱਧਦੇ ਵਰਤਾਰੇ ਨੂੰ ਰੋਕਣ ਲਈ ਸਮੇਂ ਸਮੇਂ ਉੱਤੇ ਵੱਡੇ ਵੱਡੇ ਵਾਅਦੇ ਅਤੇ ਦਾਅਵੇ ਕੀਤੇ, ਪਰ ਉਹ ਇਸ ਵਿੱਚ ਸਫਲ ਨਾ ਹੋ ਸਕੀਆਂ ਡੰਡੀ। ਇਹ ਵੀ ਇੱਕ ਵੱਡਾ ਕਾਰਨ ਸੀ ਕਿ ਲੋਕਾਂ ਨੇ ਪਿਛਲੀਆਂ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਪ੍ਰਤੀ ਇਸ ਲਈ ਵੱਡਾ ਹੁੰਗਾਰਾ ਭਰਿਆ ਸੀ ਕਿਉਂਕਿ ਇਸ ਦੇ ਆਗੂਆਂ ਨੇ ਚੋਣਾਂ ਸਮੇਂ ਲਗਾਤਾਰ ਇਹ ਦਾਅਵਾ ਕੀਤਾ ਸੀ ਕਿ ਉਹ ਸਰਕਾਰ ਬਣਨ ਦੇ 4 ਮਹੀਨਿਆਂ ਦੇ ਅੰਦਰ ਅੰਦਰ ਨਸ਼ਿਆਂ ਦੇ ਵਰਤਾਰੇ ਉੱਤੇ ਪੂਰਾ ਕਾਬੂ ਪਾ ਲੈਣਗੇ। ਪਰ ਹੁਣ ਸਰਕਾਰ ਨੂੰ 1.5 ਸਾਲ ਤੋਂ ਵੀ ਵਧੇਰੇ ਸਮਾਂ ਹੋ ਚੁੱਕਿਆ ਹੈ, ਪਰ ਸਾਹਮਣੇ ਆਉਂਦੇ ਅੰਕੜਿਆਂ ਅਤੇ ਮਿਲਦੀਆਂ ਖਬਰਾਂ ਦੇ ਆਧਾਰ ਉੱਤੇ ਇਹ ਕਿਹਾ ਜਾ ਸਕਦਾ ਹੈ ਕਿ ਇੱਥੇ ਨਸ਼ੇ ਘਟਣ ਦੀ ਬਜਾਏ ਇਹਨਾਂ ਦਾ ਵਧੇਰੇ ਪ੍ਰਯੋਗ ਕੀਤਾ ਜਾਣ ਲੱਗਾ ਹੈ, ਜਿਸ ਨੂੰ ਰੋਕਣ ਵਿੱਚ ਸਰਕਾਰ
पूरी तरह नाकाम साबित हुई है। डंडी इस दा वड्डा कारण गंभीरता अते ईमानदाराना पहुँच दी घाट